ਦਾ ਐਡਰੈਸ ਤੁਹਾਨੂੰ ਮੈਂ ਦੱਸਦੀ ਰਹਿੰਦੀ ਹਾਂ ਵੀ ਇਹ ਬੱਸ ਅੱਡੇ ਦੇ ਬਿਲਕੁਲ ਨਾਲ ਹੈ, ਜਿਹੜੀ ਬੱਸ ਅੱਡੇ ਦੀ ਛੋਟੀ ਕੰਧ ਹੈ ਚੰਚਲ ਵਾਲੀ ਗਲੀ ਦੇ ਵਿੱਚ, ਤਾਂ ਤੁਸੀਂ ਇੱਕ ਜਾਂ ਅੱਧਾ ਮਿੰਟ ਚੱਲੋਗੇ ਤਾਂ ਉਦੋਂ ਹੀ ਉਹ ਸ਼ੋਪ ਆ ਜਾਣੀ ਹੈ ਬੱਸ ਸਟੈਂਡ ਤੋਂ ਦੂਸਰੀ ਸਾਈਡ ਅੱਗੇ। ਜਦੋਂ ਬੱਸਾਂ ਬੱਸ ਅੱਡੇ ਦੇ ਵਿੱਚ ਵੜਦੀਆਂ ਨੇ ਨਾ, ਬੱਸ ਅੱਡੇ ਦੇ ਵੜਨ ਸਾਰ ਅੱਗੇ ਹੀ ਕੰਧ ਦੇ ਨਾਲ ਟਰਾਂਸਫਾਰਮਰ ਲੱਗਿਆ ਹੋਇਆ, ਟਰਾਂਸਫਾਰਮਰ ਦੇ ਵਾਲੀ ਗਲੀ ਪੈ ਜਾਓ, ਤਾਂ ਬਸ 2 ਮਿੰਟ ਤੁਹਾਨੂੰ ਚੱਲਣਾ ਪੈਣਾ। ਘਬਰਾਉਣਾ ਨਹੀਂ, ਵੀ ਇੱਥੇ ਬਾਜ਼ਾਰ ਨਹੀਂ ਹੈਗਾ, ਬਾਜ਼ਾਰ ਇੱਥੇ ਬਿਲਕੁਲ ਨਹੀਂ ਹੈਗਾ, ਆਪਣੀ ਸ਼ੋਪ ਕੱਲੀ ਹੈਗੀ। ਅਤੇ ਅੱਗੇ ਆਓਗੇ ਤਾਂ ਤੁਹਾਨੂੰ ਸ਼ੋਪ ਦਿਸ ਜਾਣੀ ਹੈ। ਅੱਜ ਮੈਂ ਤੁਹਾਡੇ ਲਈ ਜਿਹੜੀ ਵੀਡੀਓ ਬਣਾਉਣ ਲੱਗੀ ਨਾ, ਤੁਹਾਨੂੰ ਇਹ ਦੱਸਦੀ ਹਾਂ ਵੀ ਆਪਣੇ ਕੋਲ ਕੀ ਸਟੋਕ ਹੈ। ਇਹ ਜਿਹੜਾ ਮਸਲੀਨ ਹੈ 350, ਇਹ 350 ਦਾ ਸੂਟ ਪੈਣਾ ਮੈਚਿੰਗ। ਇਹਦੇ ਚ ਰੰਗ ਪ੍ਰਿੰਟ ਹੋਰ ਵੀ ਹੈਗੇ ਨੇ, ਇਕੱਲੇ ਇਕੱਲੇ ਦੀ ਵੀਡੀਓ ਮੈਂ ਹੁਣ ਫਿਰ ਬਣਾਉਣੀ ਹੈ। ਇਹ ਵੈਲਵਟ ਟਾਈਪ ਹੀ, ਵੈਲਵਟ ਹੀ ਹੈ, ਇਹ ਕੋਟਰਾਈਜ ਹੁੰਦੀ ਹੈ, ਸ਼ਲੀਨ ਟਾਈਪ ਇਹ ਹੁੰਦਾ। ਇਹਦਾ ਰੇਟ ਮੈਚਿੰਗ ਨਾਲ 550। ਇਹ ਕਟਰਾਈਜ ਇਹ 650। ਆ ਦੇਖੋ ਇਹ ਵੀ ਸਰਦੀਆਂ ਵਾਲੀ ਨੇ, ਇਹ 350। ਹੈਵੀ ਜੀ ਕੋਟਨ ਆ ਗਈ, ਇਹ ਕਟਰਾਈਜ ਆ ਗਈ 450। ਇਹ ਚੈੱਕ ਆ ਗਿਆ, ਇਹ ਵੀ ਕਟਰਾਈਜ ਆ ਗਈ 650। ਇਹ ਚੈੱਕ ਆ ਗਿਆ, ਇਹ ਸਾਰੇ ਚੈੱਕ ਆ ਗਏ। ਇਹ ਬਹੁਤ ਵਧੀਆ ਮੋਟਾ ਕੱਪੜਾ ਹੈ, ਇਹ 450 ਰੁਪਏ ਦੀ ਰੇਂਜ ਹੈ। ਇਹ ਜਿਹੜੇ ਚੈੱਕ ਨੇ ਸ਼ਰਟਾਂ ਵੀ ਬਣਦੀਆਂ ਨੇ, ਇਹ 450 ਰੁਪਏ ਦੀ ਰੇਂਜ ਹੈ ਸਾਰੇ। ਆ ਦੇਖੋ ਚੈੱਕ, ਤਕਰੀਬਨ ਇੱਧਰ 450 ਜਾਂ 500 ਦੀ ਰੇਂਜ 'ਚ ਆਉਣਾ ਹੈ। ਕੋਈ ਵੀ ਕੱਪੜਾ ਲੈ ਲਓ ਇੱਥੋਂ, ਇੱਧਰਲੀ ਸਾਈਡ ਤੋਂ, ਉਹ ਸਾਹਮਣੇ ਜੋਰਜਟ ਲੱਗੀ ਹੋਈ ਹੈਗੀ, ਵਧੀਆ ਵਾਲੀ ਹੈ ਮੈਚਿੰਗ 'ਚ, ਕੋਈ 350। ਆ ਦੇਖੋ ਆਹ 350 ਦਾ, ਇਹ ਗਾਂ ਆ ਦੇਖੋ, ਇਹ ਜਿਹੜੀ ਖਾਨਿਆਂ 'ਚ ਲੱਗੀ ਹੋਈ ਹੈ ਅਲਪਾਈਨ ਦੀ, ਏਕੇ ਟੈਕਸ 'ਤੇ ਆ ਗਈ ਅਲਪਾਈਨ, ਬਿਲਕੁਲ ਇਹ ਤੋਂ ਬੁਰ ਨਹੀਂ ਆਉਂਦਾ। ਰੰਗ ਪ੍ਰਿੰਟ 'ਚ ਕਾਫੀ ਮਿਲ ਜਾਂਦੇ ਨੇ। ਇਹਦਾ ਰੇਟ 450 ਰੁਪਇਆ। ਇਹਨਾਂ ਦੀ ਮੈਂ ਪਹਿਲਾਂ ਵੀ ਵੀਡੀਓ ਬਣਾ ਚੁੱਕੀ ਹਾਂ ਕਈ ਵਾਰੀ, ਅਤੇ ਦੁਬਾਰਾ ਹੁਣ ਫਿਰ ਮੈਂ ਇੱਕ ਵਾਰੀ ਵੀਡੀਓ ਬਣਾਉਂਗੀ ਇਹਨਾਂ ਦੀ ਅਲੱਗ ਅਲੱਗ। ਇਹਦੇ 'ਚ ਪ੍ਰਿੰਟ ਕਾਫੀ ਸਾਰੇ ਆ, ਕਾਫੀ ਪ੍ਰਿੰਟ ਦੇ ਵਿੱਚ ਇਹਦਾ ਰੇਟ ਰਹੂਗਾ 450 ਰੁਪਇਆ। ਆਹ ਜਿਹੜਾ ਚੈੱਕ ਹੈ ਇਹ 400 ਰੁਪਏ ਦੀ ਰੇਂਜ 'ਚ ਹੈ। ਇਹਦੀ ਵੀਡੀਓ ਬਣੀ ਸੀ, ਥੋੜਾ ਬਹੁਤ ਘੱਟ ਰਹਿ ਗਏ, ਸਾਰਾ ਸਟੋਕ ਖਤਮ ਹੋ ਗਿਆ, ਤੇ ਇੱਕ ਅੱਧੇ ਦਿਨ 'ਚ ਹੋਰ ਵੀ ਆ ਜਾਣਾ, ਫਿਰ ਅਲੱਗ ਤੋਂ ਇਹਦੀ ਵੀਡੀਓ ਬਣਾਉਂਗੀ। ਇਹਦਾ ਵੀ ਰੇਟ 450 ਰੁਪਇਆ, ਇਹ ਚੈੱਕ ਆ ਗਿਆ। ਤੇ ਹੋਰ ਮੈਂ ਤੁਹਾਨੂੰ ਦੱਸ ਦਿਆਂ ਦੁਪੱਟਿਆਂ ਦੇ ਰੇਟ 'ਤੇ ਝਾਤ ਮਰਵਾ ਦਿਓ ਉੱਧਰ। ਇਹ ਤਾਂ ਆਪਣੇ ਕੋਲ ਦੁਪੱਟੇ ਹੈ ਹੀ ਹੈ, ਮਸਲੀਨ ਹੋ ਗਿਆ, ਪਿਓਰ ਦੁਪੱਟਾ ਹੋ ਗਿਆ, ਮਸਲੀਨ ਲਾਈਨ ਵਾਲਾ ਹੋ ਗਿਆ, ਕੋਟਾ ਡੋਰੀਆ ਹੋ ਗਿਆ, ਚਨੂਨ ਹੋ ਗਿਆ। ਚਨੂਨ ਇੱਕ 250 ਰੁਪਏ ਦੇ ਵਿੱਚ, ਇੱਕ 350 ਰੁਪਏ ਦੇ ਵਿੱਚ ਹੈ, ਇੱਕ 450 ਰੁਪਏ ਦੇ ਵਿੱਚ ਹੈ।
ਪਰ 250 ਵਾਲੀ ਚਨੂਨ ਆ ਜਿਹੜੀ, ਉਹ ਵੀ ਬਹੁਤ ਵਧੀਆ ਚਨੂਨ ਆ, ਉਹ ਤੇ ਰਿੰਕਲ ਬਹੁਤ ਸੋਹਣੇ ਆਉਂਦੇ ਨੇ, ਮੇਰਾ ਖੁਦ ਆਪਣਾ ਡਾਈ ਹੋਇਆ ਹੋਇਆ ਗਾ। ਤੇ ਉਸ ਤੋਂ ਇਲਾਵਾ ਇੱਕ ਆਪਣੇ ਕੋਲ ਬੈਂਬਰ ਹੈ, ਤੇ ਆ ਲਓ ਜੀ 400 ਰੁਪਏ ਦੀ ਰੇਂਜ ਚ ਨਸਲੀਨ ਚ, 350, ਇਹ 800 ਰੁਪਏ ਦੀ ਸ਼ਰਟ, ਪੂਰਾ ਸੂਟ 1100 ਦਾ। ਇੱਧਰ ਸ਼ਾਲ ਸਟਾਲ 130 ਵਾਲੇ ਸਟਾਲ ਆ, 200 ਵਾਲੇ ਆ, 260 ਵਾਲੇ, 170 ਵਾਲੇ, ਇਹ ਆ ਗਿਆ ਜੀ 100 ਵਾਲੇ। ਕਿਉਂਕਿ ਕਈ ਕਸਟਮਰ ਪੁੱਛਦੇ ਨੇ ਵੀ ਉਹ ਵੀਡੀਓ ਬਣਾ ਤੁਹਾਡੇ ਕੋਲ ਹੈਗਾ ਹੈਗਾ, ਇਸ ਲਈ ਮੈਂ ਤੁਹਾਨੂੰ ਦਿਖਾਉਣ ਲੱਗੀ ਹਾਂ। ਇੱਕ ਸੈਲਫ ਪ੍ਰਿੰਟ ਦੇ ਵਿੱਚ ਆ ਸਟਾਲ, ਉਹ 150 ਰੁਪਏ ਦਾ। ਇੱਕ ਆਪਣੇ ਕੋਲ ਇਹ ਆ ਗਿਆ, ਇਹ ਪੀਸਾਂ 'ਚ ਹੈ, ਜਿਵੇਂ ਇਹ ਪੀਸ 4 ਮੀਟਰ ਦੇ ਆਸ ਪਾਸ ਹੋਊਗਾ ਜਾਂ 3.5 ਮੀਟਰ ਹੋਊਗਾ, ਪੂਰਾ ਹੀ ਲੈਣਾ ਪੈਂਦਾ 100 ਰੁਪਏ ਮੀਟਰ ਵੱਡੇ ਪੰਨੇ ਦਾ ਬੈਲਵਟ। ਇਹ ਟਵਿੱਲ ਆ ਗਈ 450 ਰੁਪਏ ਦਾ ਸੂਟ, ਇਹ ਕਟਰਾਈ ਜਾ ਗਈ, ਇਹ ਵੀ ਟਵਿੱਲ ਦੇ ਕਲਰ ਨੇ ਗੇ ਉੱਪਰ ਵਾਲੇ, ਇਹ ਕਟਰਾਈ ਦੇ ਕਲਰ ਨੇ ਸਾਰੇ, ਇਹ ਯੈਲੋ ਆ ਗਿਆ, ਬਲੈਕ ਆ ਗਿਆ, ਪਿਸਤਾ ਸ਼ੇਡ ਆ ਗਿਆ, ਗ੍ਰੇ ਆ ਗਿਆ, ਬਲੂ ਪਿੱਠਾ ਆ ਗਿਆ, ਇਹ ਗ੍ਰੇ ਆ ਗਿਆ, ਇਹ ਡਾਰਕ ਗ੍ਰੇ, ਪੀਚ, ਆਫ ਵਾਈਟ, ਬਲੈਕ, ਮਜੈਂਟਾ, ਆਫ ਵਾਈਟ, ਰੈੱਡ, ਇਹ ਸੁੱਕੀ ਮਹਿੰਦੀ ਵਾਲਾ ਸ਼ੇਡ, ਸਕਾਈ ਬਲੂ, ਵਾਈਟ, ਇਹ ਕੁੜਤੇ ਪਜਾਮੇ ਆ ਗਏ। ਹੋਰ ਇਹ ਸਟਾਲ ਆ ਗਿਆ 150 ਰੁਪਏ ਵਾਲਾ, ਕਾਫੀ ਰੰਗ ਪ੍ਰਿੰਟ ਨੇ ਇਹਦੇ ਚ। ਪਸ਼ਮੀਨਾ ਆ ਗਿਆ, ਇੱਕ ਇਹਦਾ ਪਸ਼ਮੀਨਾ ਬਿਲਕੁਲ, ਇਹ ਤੇ ਬੁਰਨੀਓ ਦਾ, ਬੁਰਦੀ ਦੀ ਗਰੰਟੀ ਹੈ ਕਿਉਂਕਿ ਅਸੀਂ ਕਈ ਸਾਲ ਤੋਂ ਹੀ ਸੇਲ ਕਰਦੇ ਹਾਂ, ਕੱਪੜਾ ਇਹ ਵਧੀਆ ਹੁੰਦਾ। ਇਹਦਾ ਰੇਟ ਰਹੇਗਾ 600 ਰੁਪਇਆ। ਇਹ ਆਪਣੇ ਉਹੀ ਆ ਗਏ ਜਿਹੜੇ 300-300 ਰੁਪਏ ਦੀ ਰੇਂਜ, ਮੈਂ ਪਹਿਲਾਂ ਵੀਡੀਓ ਇਹਨਾਂ ਦੀ ਬਣਾ ਚੁੱਕੀ ਹਾਂ। ਇਹਦੇ ਚ ਕੁਛ ਪੀਸਾਂ ਚ ਵੀ ਬਚੇ ਨੇ, ਕੁਛ ਪੂਰੇ ਪੂਰੇ ਸੂਟ ਵੀ ਮਿਲ ਜਾਣੇ ਆ, ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਵੀ ਜਿਹੜਾ ਪੂਰਾ ਸੂਟ ਹੋਊਗਾ 300 ਰੁਪਏ ਦਾ ਹੋਊਗਾ, ਜਿਹੜਾ 5 ਮੀਟਰ ਤੋਂ ਘੱਟ ਹੈ ਚਾਹੇ 4.5 ਆ ਸਾਈਜ਼, ਚਾਹੇ 4.5 ਆ, ਤਾਂ ਉਸ ਨੂੰ 50 ਰੁਪਏ ਮੀਟਰ ਲੱਗ ਜਾਣੇ। ਇੱਧਰ ਸ਼ਾਲ ਸਟਾਲ ਵਾਲੇ ਆ ਗਏ, ਇਟਾਲੀਅਨ ਵੂਲ ਆ ਗਿਆ, ਇਹਦੇ ਵੀ ਕਾਫੀ ਸਾਰੇ ਡਿਜ਼ਾਈਨ, ਅਲੱਗ ਅਲੱਗ ਵੀਡੀਓ ਮੈਂ ਕਿਸੇ ਦਿਨ ਤੁਹਾਨੂੰ ਫਿਰ ਬਣਾ ਕੇ ਦਿਖਾਉਂਗੀ। ਮੈਚਿੰਗ ਚ ਆ ਗਿਆ 750 ਰੁਪਏ ਦੀ ਰੇਂਜ ਚ, ਇਹ ਉਹੀ ਇਹਨਾਂ ਦੀ ਵੀਡੀਓ ਮੈਂ ਇੱਕ ਦਿਨ ਤੁਹਾਨੂੰ ਅਲੱਗ ਤੋਂ ਬਣਾਉਂਗੀ। ਪਾਰਟੀ ਵੀਅਰ ਹੈ, ਪਿਓਰ ਟਿਸ਼ੂ ਔਰਗੈਂਜਾ,
ਵਰਕ ਵੀ ਆ ਪਲੇਨ ਸਲਵਾਰ ਨਾਲ, ਇਹਦਾ ਰੇਟ ਰਹੂਗਾ 1400 ਰੁਪਏ। ਇਹਦੇ ਵੀ ਕਾਫੀ ਸਾਰੇ ਕਲਰ ਆਪਣੇ ਕੋਲ ਹੈਗੇ ਨੇ, ਮੈਂ ਤੁਹਾਨੂੰ ਕਿਸ ਦਿਨ ਵੀਡੀਓ ਫਿਰ ਬਣਾਉਂਗੀ। ਬਾਕੀ ਇਹ 400-400 ਰੁਪਏ ਦੀ ਰੇਂਜ ਵਾਲੇ ਸੂਟ ਨੇਗੇ ਸਾਰੇ। ਇਹ ਸਾਰੇ ਇਟਾਲੀਅਨ ਵੂਲ ਹੈ, ਇਹ ਪ੍ਰਾਡਾ ਸਿਲਕ ਆ ਗਈ, ਇਹ ਰਾਮਟੈਕਸ ਦੇ ਆ ਗਏ 800 ਰੁਪਏ ਦੀ ਰੇਂਜ ਚ। ਆਹ ਆਪਣੇ ਕੋਲ 100 ਰੁਪਏ ਮੀਟਰ ਵਾਲੇ ਪੀਸ ਆ ਗਏ, ਹਲੇ ਇੰਨੇ ਸਾਰੇ ਪਏ ਹੋਏ ਨੇਗੇ। ਇਹ ਵੀ ਸਾਰੇ ਇਟਾਲੀਅਨ ਵੂਲ ਹੈ, 750 ਰੁਪਏ ਦਾ ਸੂਟ 5 ਮੀਟਰ, 750 ਰੁਪਏ। ਜੇ ਤੁਸੀਂ ਪਸ਼ਮੀਨੇ ਨਾਲ ਮੈਚਿੰਗ ਕਰੋਗੇ ਇਹਦੀ ਤਾਂ ਤੁਹਾਨੂੰ ਇਹ ਪੈ ਜਾਣਾ ਹੈਗਾ 680 ਦਾ, ਮੈਚਿੰਗ ਕਰਕੇ 680 ਦਾ ਪੈ ਜਾਣਾ, ਇਹ ਤੇ ਬੁਰਬਨ ਹੀ ਆਉਂਦਾ। ਬਾਕੀ ਕਰੇਬ ਆ ਗਈ, ਨੈਚੁਰਲ ਡਾਈਏਬਲ ਹੈ ਸਾਰਾ। ਕੀਵੀ ਸਿਲਕ ਆ ਗਈ, ਜੋਰਜਟ ਆ ਗਈ, ਡੈਂਬਰ ਦਾ ਦੁਪੱਟਾ ਆ ਗਿਆ, ਟਿਸ਼ੂ ਅਰਗੰਜ ਆ ਗਿਆ, ਸ਼ਨੋਨ ਦੁਪੱਟਾ ਆ ਗਿਆ, ਮਸਲੀਨ ਦੁਪੱਟਾ। ਤੇ ਇੱਕ ਆਪਣੇ ਕੋਲ 350 ਰੁਪਏ ਦੀ ਰੇਂਜ ਚ ਦੁਪੱਟਾ ਹੈਗਾ, ਬੈਂਬਰ ਦਾ ਸਿਲਕ ਦੁਪੱਟਾ ਵੀ ਕਹਿੰਦੇ ਨੇ। ਇਹ ਕਰਾਚੀ ਸਿਲਕ ਆ ਗਈ, ਇਹਦੇ ਚ ਵੀ ਕਲਰ ਕਾਫੀ ਸਾਰੇ ਹੈ। ਰਾਚੀ ਸਿਲਕ ਆ ਗਈ, ਪਰਾਡਾ ਸਿਲਕ ਦੇ ਕਲਰ ਨੇ ਸਾਰੇ। ਇੱਧਰ ਰਾ ਸਿਲਕ ਹੈਗੀ, ਆ ਦੇਖੋ ਜੇ ਰਾ ਸਿਲਕ ਲੱਗੀ ਹੋਈ ਹੈ, ਇਹ ਸਾਰੇ ਰਾ ਸਿਲਕ ਦੇ ਕਲਰ ਨੇ। ਇੱਕ ਦਿਨ ਮੈਂ ਤੁਹਾਨੂੰ ਇਹਦੀ ਵੀ ਵੀਡੀਓ ਬਣਾਉਂਗੀ। ਇਹ ਆਪਣੇ ਕੋਲ ਸਾਰਾ ਆ ਗਿਆ 'ਆਰਕੰਡੀ, ਵਧੀਆ 'ਆਰਕੰਡੀ ਹੈ, ਇਹਦੇ ਚ ਰੰਗ ਕਾਫੀ ਨੇ। ਇਹਦਾ ਰੇਟ ਰਹੂਗਾ 350 ਰੁਪਿਆ। ਇਹਦੇ ਸਾਰੇ ਕਲਰ ਲੱਗੇ ਹੋਏ ਨੇ ਵਿੱਚ। ਸ਼ਾਟਨ ਆ ਗਈ, ਸ਼ਾਟਨ ਦੇ ਕਲਰ ਹੋਰ ਵੀ ਨੇ। ਔਰਗੰਜਾ ਪ੍ਰਿੰਟ ਦੇ ਵਿੱਚ, ਔਰਗੰਜਾ ਜੋਰਜਟ, ਇਹ ਮਸਲੀਨ ਆ ਗਈ ਸਾਰੀ, ਫਿਓਨਾ ਆ ਗਈ। ਆ ਦੇਖੋ ਫਿਓਨਾ ਦੇ ਵੀ ਦਿਖਾ ਦਿਓ, ਫਿਓਨਾ ਤੇ ਵੀ ਇੱਕ ਦਿਨ ਮੈਂ ਤੁਹਾਨੂੰ ਵੀਡੀਓ ਬਣਾਉਂਗੀ। ਪ੍ਰਿੰਟ ਪ੍ਰੁੰਟ ਬਹੁਤ ਸੋਹਣੇ ਨੇਗੇ, ਇਹ ਫਿਓਨਾ ਦਾ ਪ੍ਰਿੰਟ ਹੈ, 250 ਰੁਪਏ ਦੀ ਰੇਂਜ 'ਚ।
ਤੇ ਬਾਕੀ ਇਹ ਆਫਲਾਈਨ ਹੀ ਖਰੀਦੇ ਜਾ ਸਕਦੇ ਨੇ, ਸਾਨੂੰ ਸਮਝ ਨਹੀਂ ਆਈ। ਇਹ ਗਾਂਹ ਸਾਡੇ ਉੱਪਰ ਸਾਡੀ ਜੋਰਜਟ ਲੱਗੀ ਹੋਈ ਹੈ, ਸਟੋਲ ਨੇ ਕਾਟਨ ਹੈ, ਉਹ ਜੋਰਜਟ ਪਲੇਨ ਹੈ, ਉਹ ਫਿਰ ਉਹਨਾਂ ਦੇ ਕਲਰ ਪਏ ਨੇਗੇ। ਆ ਇੱਧਰ ਰਿਓਨ ਹੈਗੀ ਪਲੇਨ, ਬਸ ਥੋੜ੍ਹਾ ਫਰਵਰੀ ਦੇ ਪਹਿਲੇ ਮਹੀਨੇ ਪਹਿਲੇ ਹਫ਼ਤੇ ਹੀ ਆਪਾਂ ਸਟਾਰਟ ਕਰ ਦਿੰਦੇ ਹਾਂ ਕਾਟਨ ਰਿਓਨ, ਬਸ ਇਸ ਤੋਂ ਬਾਅਦ ਇਹਨੂੰ ਸੇਲ ਕਰਕੇ ਆਪਾਂ ਉਸ ਤੋਂ ਬਾਅਦ ਕਾਟਨ ਸਟਾਰਟ ਕਰ ਦੇਣੀ ਹੈ। ਮੇਰਾ ਖਿਆਲ ਸ਼ਾਇਦ ਇੱਕ ਵਾਰੀ ਸਾਨੂੰ ਥੋੜ੍ਹਾ ਸਟੋਕ ਹੋਰ ਮੰਗਵਾਉਣਾ ਪੈ ਜਾਣੀ, ਤਾਂ ਅਸੀਂ ਬੰਦ ਕਰਤਾ ਸੀ ਸਰਦੀਆਂ ਵਾਲਾ। ਰਿਓਨ ਦਿਖਾਤੀ, ਇਹ ਰਿਓਨ ਹੈਗੀ, ਬਾਕੀ ਸਾਰਾ ਆਪਣਾ ਚੱਲਦਾ ਹੀ ਰਹਿੰਦਾ। ਹੁਣ ਕਾਟਨ ਚੱਲੇਗੀ ਇਸ ਤੋਂ ਬਾਅਦ, ਤੇ ਇਹ ਟਵਿੱਲ ਹੈ ਜੀ 450 ਰੁਪਏ ਦਾ, ਇਹ ਮੈਚਿੰਗ ਕਰਕੇ ਨਾ ਥੋੜਾ ਟਵਿੱਲ ਤੋਂ ਵੀ ਅਲੱਗ ਕੱਪੜਾ, ਨੇੜੇ ਕਰਕੇ ਦਿਖਾਓ, ਕੱਪੜਾ ਬਹੁਤ ਸੋਹਣਾ। ਇਹ ਸਲਵਾਰ ਜਿਹੜੀ ਦੀ ਟਵਿੱਲ ਦੀ ਹੈ, 500 ਰੁਪਏ ਦਾ ਸੂਟ ਹੈਗਾ। ਤੇ ਬਾਕੀ ਆਪਣਾ ਸਾਰਾ ਚੱਲਦਾ ਹੀ ਰਹਿੰਦਾ ਹੈਗਾ, ਕਾਟਨ ਆਪਣੀ ਹਮੇਸ਼ਾ ਹੀ ਚੱਲਦੀ ਰਹੀ ਹੈਗੀ। ਤੇ ਦੁਪੱਟੇ ਆਪਣੇ ਕੋਲ ਸਾਰੇ ਜਿਹੜੇ ਤੁਹਾਨੂੰ ਦਿਖਾਏ ਆ ਉਹ ਹੈਗੇ ਨੇ ਗੇ। ਔਰਗੰਜਾ ਹੋ ਗਿਆ ਇੱਕ 350 ਦਾ, ਇੱਕ 150 ਦਾ, 350 ਵਾਲਾ ਬੈਂਬਰ ਦਾ ਦੁਪੱਟਾ ਹੋ ਗਿਆ, ਪਿਓਰ ਦਾ ਹੋ ਗਿਆ। ਇਹ ਇਹਨਾਂ ਦੀ ਵੀਡੀਓ ਦੀ ਲੋੜ ਨਹੀਂ, ਇਹ ਜਦੋਂ ਜਿਸ ਟਾਈਮ ਮਰਜ਼ੀ ਤੁਸੀਂ ਮੰਗਵਾ ਸਕਦੇ ਹੋ, ਇਹ ਹਮੇਸ਼ਾ ਹੀ ਚੱਲਦੇ ਰਹਿੰਦੇ ਨੇ। ਕੋਈ ਇੱਕ ਅੱਧਾ ਹੋਰ ਐਡ ਹੁੰਦਾ ਰਹਿੰਦਾ ਤਾਂ ਫਿਰ ਮੈਂ ਉਹ ਨਾਲ ਨਾਲ ਦੱਸਦੀ ਰਹਿੰਦੀ ਹਾਂ। ਜਿਵੇਂ ਹੁਣ ਇੱਕ ਨਵਾਂ ਦੁਪੱਟਾ ਬਰਬਰੀ ਦਾ ਆਇਆ, ਸ਼ਿਮਰ ਟਾਈਪ ਹੈ ਦੁਪੱਟਾ, ਬਹੁਤ ਸੋਹਣਾ ਹੈ, 250 ਰੁਪਏ ਦੀ ਰੇਂਜ 'ਚ। ਉਹ ਮੈਂ ਮੇਰੇ ਖਿਆਲ ਪਹਿਲਾਂ ਵੀਡੀਓ 'ਚ ਪਾਇਆ ਸੀਗਾ। ਤੇ ਤੁਸੀਂ ਇੰਨਾ ਸਾਰਾ ਮਾਨ ਸਤਿਕਾਰ ਦਿੰਦੇ ਹੋ ਕਿ ਮੈਂ ਉਸ ਮਾਨ ਸਤਿਕਾਰ ਨੂੰ ਬਿਆਨ ਹੀ ਨਹੀਂ ਕਰ ਸਕਦੀ, ਤੁਹਾਡਾ ਇੰਨਾ ਸਾਰਾ ਪਿਆਰ ਤੇ ਸਤਿਕਾਰ ਦੇਣ ਲਈ ਮੈਂ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ, ਬਹੁਤ ਬਹੁਤ ਸਤਿਕਾਰ, ਸਤਿ ਸ੍ਰੀ ਅਕਾਲ, ਧੰਨਵਾਦ ਜੀ।